ਪਿੰਡ ਦੇ ਹਾਲਾਤ ਤਾਂ ਬਹੁਤ ਜ਼ਿਆਦਾ ਮਾੜੇ ਨੇ ਕਈ ਵਿਚਾਰੇ ਗਰੀਬ ਐਵੇਂ ਦੇ ਆ ਵੀ ਸਿਆਲ ਕੱਟਣਾ ਬਹੁਤ ਮੁਸ਼ਕਲ ਆ ਸਰਕਾਰ ਨੂੰ ਚਾਹੀਦਾ ਵਾ ਵੀ ਸਹੂਲਤ ਇਹਨਾਂ ਨੂੰ ਦੇਵੇ ਮਕਾਨ ਜਿਨ੍ਹਾਂ ਦੇ ਡਿੱਗ ਚੁੱਕੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਵੀ ਮਕਾਨਾਂ ਦੀ ਸਹੂਲਤ ਦੇਵੇ ਜਿਹੜੀਆਂ ਸੜਕਾਂ ਟੁੱਟੀਆਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਪਾ ਰਹੇ ਸ਼ਾਸਨ ਨੂੰ ਵੀ ਹਰ ਇੱਕ ਨੂੰ ਦਿੱਕਤ ਆਉਂਦੀ ਆ ਇਹ ਜਲਦ ਤੋਂ ਜਲਦ ਬਣਾਈਆਂ ਜਾਣ ਸੜਕਾਂ ਤਾਂ ਬਹੁਤ ਕਾਫੀ ਟੁੱਟ ਚੁੱਕੀਆਂ ਨੇ ਜੋ ਦਰਿਆ ਦੇ ਇਰਗੇ ਦੇ ਲਾਗੇ ਲਾਗੇ ਨੇ ਜੋ ਸੜਕਾਂ ਬੱਧੀਆਂ ਸੀ ਅੱਜ ਤੋਂ ਕੋ ਕੈਪਟਨ ਦੇ ਰਾਜ 'ਚ ਬੱਧੀਆਂ ਸੀ ਕੋ ਸੁਖਬੀਰ ਸਿੰਘ ਬਾਦਲ ਦੇ ਰਾਜ 'ਚ ਵੀ ਬੱਧੀਆਂ ਸੀ ਉਹ ਸਭ ਬੇਕਾਰ ਹੋ ਚੁੱਕੀਆਂ ਨੇ ਹੁਣ ਭਗਵੰਤ ਮਾਨ ਦੀ ਸਰਕਾਰ ਤੋਂ ਇਹ ਆਸ ਵੀ ਲੋਕ ਜਲਦ ਤੋਂ ਜਲਦ ਇਹਨਾਂ ਵੱਲ ਧਿਆਨ ਦੇਣ ਹਰ ਇੱਕ ਨੂੰ ਪ੍ਰਸ਼ਾਸਨ ਨੂੰ ਚਾਹੀਦੀ ਹੈ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਮੰਗ ਸਰਕਾਰ ਨੂੰ ਇਹ ਕਰਦੇ ਵੀ ਜਿਹੜੇ ਕੋਈ ਜਿਨ੍ਹਾਂ ਦੇ ਮਕਾਨ ਡਿੱਗ ਚੁੱਕੇ ਨੇ ਇਹਨਾਂ ਦੇ ਜਲਦ ਤੋਂ ਜਲਦ ਇਹਨਾਂ ਨੂੰ ਮਕਾਨ ਮਿਲਣ ਜੋ ਖੇਤੀ ਦੇ ਮੁਆਵਜ਼ਾ ਵਾ ਉਹ ਚਲੋ ਸਰਕਾਰ ਦੇਵੇ ਪਹਿਲੋਂ ਸਭ ਤੋਂ ਪਹਿਲਾਂ ਇਹਨਾਂ ਨੂੰ ਮਕਾਨ ਦੇਣ ਸੜਕਾਂ ਬਣਾਉਣ ਉਸ ਤੋਂ ਬਾਅਦ ਜਦੋਂ ਮੁਆਵਜ਼ਾ ਬਣਦਾ ਜੋ ਦੇਣ ਸਮੇਂ ਸਿਰ ਬਿਜਾਈ ਕਰ ਸਕਣ ਆਪਦੀ ਘਰ ਦੇ ਬਹੁਤ ਬੁਰੇ ਹਾਲਾਤ ਹੋਏ ਪਏ ਵੀਰ ਜੀ ਕੁਝ ਨਹੀਂ ਦੇਖਣ ਨੂੰ ਮਿਲ ਰਿਹਾ ਵੀ ਕੁਛ ਬਚਿਆ ਹਰ ਇੱਕ ਚੀਜ਼ ਜਿਹੜੀ ਆ ਉਹ ਬਿਲਕੁਲ ਜਿਹੜੀ ਬਰਬਾਦ ਹੋ ਚੁੱਕੀ ਆ ਪਾਣੀ ਨਾਲ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀਰ ਜੀ 2 ਮਹੀਨੇ ਹੋ ਗਏ ਜਿਹੜਾ ਪਾਣੀ ਆ ਸਾਡੇ ਘਰਾਂ ਦੇ ਵਿੱਚ ਆ ਸਾਡੇ ਅੰਦਰਾਂ ਦੇ ਵਿੱਚ ਆ ਕੋਈ ਚੀਜ਼ ਨਹੀਂ ਬਚੀ ਗਈ ਸਾਰੀ ਗਲ ਚੁੱਕੀ ਪਾਣੀ ਦੇ ਨਾਲ ਤਾਂ ਜਦੋਂ ਤੁਸੀਂ ਗਏ ਸੀ ਉਦੋਂ ਕੀ ਹਾਲਾਤ ਸੀਗੇ ਅਤੇ ਹੁਣ ਕੀ ਹਾਲਾਤ ਆ ਉਹ ਅਸੀਂ ਚੰਗਾ ਭਲਾ ਵਸਦਾ ਰਸਦਾ ਘਰ ਹੀ ਜਿਹੜਾ ਉਹ ਛੱਡ ਕੇ ਗਏ ਸੀ ਅਤੇ ਹੁਣ ਜਿਹੜਾ ਉਹ ਬਿਲਕੁਲ ਤਹਿਸ ਨਹਿਸ ਹੋ ਚੁੱਕਿਆ ਜਦੋਂ ਅਸੀਂ ਘਰੇ ਪਰਤੇ ਹਾਂ ਤਾਂ ਵੇਖ ਕੇ ਬਹੁਤ ਬੁਰਾ ਲੱਗਿਆ ਤਾਂ ਮਾਤਾ ਕਹਿੰਦੀ ਕਿ ਖਾਣ ਲਈ ਦਾਣੇ ਵੀ ਜਿਹੜੇ ਆ ਉਹ ਨਹੀਂ ਬੱਚੇ ਡਿਪੂ ਤੋਂ ਕਣਕ ਲਿਆਂਦੀ ਸੀ ਉਹ ਵੀ ਖਰਾਬ ਹੋ ਚੁੱਕੀ ਆ ਅਤੇ ਹੁਣ ਫਿਰ ਖਾਣ ਪੀਣ ਤੁਹਾਡਾ ਗੁਜ਼ਾਰਾ ਕਿਵੇਂ ਹੋ ਰਿਹਾ ਜਿਹਨੇ ਪੈਦਾ ਕੀਤਾ ਹੈ ਉਹ ਖਾਣ ਨੂੰ ਵੀ ਦੇਵੇਗਾ ਹੁਣ ਰੱਬ ਆਸ ਰਹੇ ਹਾਂ ਬਸ ਤਾਂ ਕੋਈ ਰਾਸ਼ਨ ਪਹੁੰਚ ਰਿਹਾ ਇੱਥੇ ਖਾਣ ਪੀਣ ਦਾ ਜਾਂ ਪਸ਼ੂਆਂ ਲਈ ਚਾਰਾ ਕਹਿੰਦੇ ਫਸਲ ਤੂੜੀ ਵੀ ਜਿਹੜੀ ਸਾਰੀ ਉਹ ਖਰਾਬ ਹੋ ਚੁੱਕੀ ਆ ਉਹ ਕਦੇ ਆ ਜਾਂਦੇ ਨੇ ਵੀਰ ਜੀ ਉਹ ਸੇਵਾ ਕਰ ਹੁਣ ਤਾਂ ਕੱਲ੍ਹ ਪਰਸੋਂ ਦਾ ਕੋਈ ਚਾਰਾ ਨਹੀਂ ਆਵੇ ਆ ਜਿਹੜੀ ਤੂੜੀ ਹੈ ਇਹ ਵੀ ਬਿਲਕੁਲ ਜਿਹੜੀ ਇਹ ਖਰਾਬ ਹੋ ਚੁੱਕੀ ਹੁਣ ਤਾਂ ਹਜੇ ਕੱਲ੍ਹ ਦਾ ਇਹ ਡੰਗਰ ਉਵੇਂ ਹੀ ਖੜ੍ਹੇ ਨੇ ਕੋਈ ਚਾਰਾ ਨਹੀਂ ਪਹੁੰਚਿਆ ਗਾ ਸਾਡੇ ਕੋਲ ਕੋਈ ਗੱਠ ਨਹੀਂ ਆ ਪੂਰੇ ਘਰ ਦੇ ਵਿੱਚ ਦੇਖ ਲਓ ਕੋਈ ਨਹੀਂ ਵਿਚਾਰਾ ਹੈਗਾ ਮੰਗ ਕੀ ਕਰਦੇ ਹੋ ਅਸੀਂ ਬਸ ਆ ਪਸ਼ੂਆਂ ਦਾ ਚਾਰਾ ਤੂੜੀ ਅਤੇ ਜਾਂ ਸਾਨੂੰ ਆ ਕਮਰੇ ਕੁਮਰੇ ਜਿਹੜੇ ਆ ਇਹ ਸਰਕਾਰ ਪਾ ਦੇ ਅਤੇ ਅਸੀਂ ਸਰਕਾਰ ਦੇ ਬਹੁਤ ਧੰਨਵਾਦ ਬਾਈ ਜੀ ਨਾਮ ਕੀ ਤੁਹਾਡਾ ਪ੍ਰਗਟ ਸਿੰਘ ਜੀ ਮੇਰਾ ਨਾਮ ਪ੍ਰਗਟ ਸਿੰਘ ਜੀ ਇਸ ਟਾਈਮ ਕੀ ਹਾਲਾਤ ਆ ਪਿੰਡ ਦੇ ਤਾਂ ਕਿੰਨੀ ਕੁ ਫਸਲ ਜਿਹੜੀ ਤੁਹਾਡੀ ਡੁੱਬ ਚੁੱਕੀ ਹੈ ਪਿੰਡ ਦੇ ਹਾਲਾਤ ਬਹੁਤ ਨਾਜ਼ੁਕ ਹੀ ਨੇ ਸਾਡੇ ਪਿੰਡ ਦੇ ਵਿੱਚ ਜਿਹੜੀ 300-400 ਕਿੱਲਾ ਏਕੜ ਜ਼ਮੀਨ ਆ ਉਹ ਬਿਲਕੁਲ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਕੁਛ ਵੀ ਨਹੀਂ ਰਿਹਾ ਇਸ ਟਾਈਮ ਤਾਂ ਜਿਹੜੇ ਜੇ ਆਪਾਂ ਕਿ ਫਸਲ ਦੇ ਜਿਹੜੇ ਥੱਲੇ ਮੁੱਢ ਵੀ ਨਹੀਂ ਰਹੇ ਅਤੇ ਜ਼ਮੀਨਾਂ ਜਿਹੜੀਆਂ ਬਹੁਤ ਖਰਾਬ ਹੋ ਚੁੱਕੀਆਂ ਨੇ ਤੁਹਾਡੀ ਕਿੰਨੀ ਕੁ ਫਸਲ ਜਿਹੜੀ ਡੁੱਬ ਚੁੱਕੀ ਮੇਰੇ ਕੋਲ ਵੀਰ ਜੀ 10 ਕਿੱਲੇ ਮੇਰੀ ਆਪਦੀ ਜ਼ਮੀਨ ਆ 38 ਕਿੱਲੇ ਮੇਰੇ ਕੋਲ ਠੇਕੇ ਦੀ ਜ਼ਮੀਨ ਆ ਜਿਹਦੇ ਵਿੱਚੋਂ 10 ਕਿੱਲਿਆਂ ਦੇ ਵਿੱਚ ਮੇਰੇ ਰੇਤਾ ਪੈ ਚੁੱਕੀ ਆ ਜਿਹੜੀ ਕਿ ਉਹ ਫਸਲ ਬਿਲਕੁਲ ਹੀ ਬੇਕਾਰ ਹੋ ਚੁੱਕੀ ਆ ਜ਼ਮੀਨ ਬੇਕਾਰ ਹੋ ਚੁੱਕੀ ਆ ਉਹਦੇ ਵਿੱਚ ਤਾਂ ਕੁਛ ਵੀ ਨਹੀਂ ਹੋ ਸਕਦਾ ਉੱਚੇ ਨੀਵੇਂ ਟਿੱਬੇ ਬਚ ਚੁੱਕੇ ਨੇ ਕਿਉਂਕਿ ਮੈਂ ਜੇ ਅੱਜ ਵੀ ਉਹਦੇ 'ਤੇ ਅਸੀਂ ਸ਼ੁਰੂ ਕਰੀਏ ਅਜੇ 10 ਦਿਨ ਤਾਂ ਉਹਦੇ 'ਚ ਕੰਮ ਹੀ ਨਹੀਂ ਸ਼ੁਰੂ ਹੋਣਾ ਜੇ ਕਰਾਂਗੇ ਵੀ ਤਾਂ ਉਹ ਅੱਧ ਤੋਂ ਵੱਧ 6 ਮਹੀਨੇ ਤੱਕ ਅਸੀਂ ਪੈਲੀ ਜ਼ਮੀਨ ਨਹੀਂ ਬਣਾ ਸਕਦੇ ਆਪਣੀ ਉਹਦੇ ਵਿੱਚ ਕੋਈ ਫਸਲ ਵੀ ਬੀਜੀ ਜਾ ਸਕਣੀ ਤਾਂ ਕੁੱਲ ਮਿਲਾ ਕੇ ਕਿੰਨਾ ਕੁ ਨੁਕਸਾਨ ਜਿਹੜਾ ਹੋ ਚੁੱਕਿਆ ਵੇਖੋ ਜੀ ਕੁੱਲ ਮਿਲਾ ਕੇ ਵੇਖੀ ਹੁਣ 48 ਕਿੱਲੇ ਜ਼ਮੀਨ ਆ 48 ਕਿੱਲੇ ਝੋਨਾ ਜੇ ਮੰਨ ਲਓ ਅਸੀਂ ਤੁਸੀਂ ਅੰਦਾਜ਼ਾ ਲਾ ਲਓ ਜੇ 60,000 ਰੁਪਈਏ ਦਾ ਵੀ ਤੁਸੀਂ ਝੋਨਾ ਲਾ ਲਵੋ ਅਤੇ 6 × 24 28 ਲੱਖ ਰੁਪਈਏ ਦਾ ਤਾਂ ਮੇਰਾ ਝੋਨੇ ਦਾ ਨੁਕਸਾਨ ਹੀ ਹੋ ਚੁੱਕਾ ਨਾ ਅਤੇ ਜਿਹਦੇ ਵਿੱਚ ਹੁਣ ਮੈਂ 12 ਲੱਖ ਰੁਪਈਆ ਠੇਕਾ ਭਰਿਆ ਸੀਗਾ ਅਤੇ ਉਹ ਮੇਰਾ ਠੇਕਾ ਵੀ ਪਿੱਛੇ ਚਲੇ ਗਿਆ ਉਹਦੇ 'ਤੇ ਖਰਚਾ ਵੀ ਝੋਨੇ 'ਤੇ ਮੇਰਾ 4-5 ਲੱਖ ਰੁਪਈਆ ਤੋਂ ਪਹਿਲਾਂ ਜਿਹੜੀ ਲਵਾਈ ਦਿੱਤੀ ਆ ਜਾਂ ਹੋਰ ਦਵਾਈ ਖਾਦ ਪਾਈ ਆ 4-5 ਲੱਖ ਰੁਪਈਆ ਹੋਈ ਆ ਤਕਰੀਬਨ ਵੀ ਤੁਸੀਂ ਲਾ ਲਓ ਵੀ ਇਸ ਟਾਈਮ ਮੇਰਾ 40-45 ਲੱਖ ਰੁਪਈਏ ਦਾ ਨੁਕਸਾਨ ਹੋ ਚੁੱਕਾ ਹੈ ਤਾਂ ਹੁਣ ਕੀ ਲੱਗਦਾ ਝੋਨੇ ਤੋਂ ਬਾਅਦ ਕਣਕ ਹੋ ਪਾਊਗੀ ਵੇਖੋ ਜੀ ਕਣਕ ਤਾਂ ਹੁਣ ਇਸ ਤਰ੍ਹਾਂ ਹੀ ਹੋ ਪਾਊਗੀ ਹੁਣ ਅੱਗੋਂ ਵੇਖਾਂਗੇ ਜੇ ਕੋਈ ਸਾਡੇ ਕੋਲ ਬਜਟ ਹੋਊਗਾ ਤਾਂ ਫਿਰ ਹੀ ਕਣਕ ਬੀਜ ਪਾਵਾਂਗੇ ਨਾ ਜੇ ਬਜਟ ਹੀ ਨਾ ਹੋਊਗਾ ਤਾਂ ਫਿਰ ਕਣਕ ਕਿਸ ਹਿਸਾਬ ਦੇ ਬੀਜਾਂਗੇ ਅਸੀਂ ਕਿਸਾਨ ਜਿਹੜਾ ਹੈ ਨਾ ਉਹ ਆਪਣਾ ਦਰਦ ਜਿਹੜਾ ਉਹ ਦੱਸ ਸਕਦਾ ਪਰ ਅੰਦਰੋਂ ਦਾ ਦਰਦ ਨਹੀਂ ਦਿਖਾ ਸਕਦਾ ਅਤੇ ਇੱਥੇ ਬੰਨ 'ਤੇ ਬੈਠਿਆ ਹੋਇਆ ਤੁਹਾਨੂੰ ਕਿੰਨੇ ਦਿਨ 20 ਦਿਨ ਹੋ ਗਏ ਜੀ ਸਾਨੂੰ ਅੱਜ ਬੰਨ 'ਤੇ ਬੈਠਿਆਂ ਨੂੰ ਸਮਾਜ ਸੇਵੀ ਜਿਹੜੇ ਸੇਵਾਦਾਰ ਨੇ ਉਹ ਸਾਡੀ ਸੇਵਾ ਕਰ ਰਹੇ ਨੇ ਉਸ ਕਦੇ ਸਾਨੂੰ ਤੂੜੀ ਦੇ ਜਾਂਦੇ ਆ ਕਦੇ ਚਾਰ ਦੇ ਜਾਂਦੇ ਨੇ ਉਹਦੇ ਨਾਲ ਸਾਡੇ ਪਸ਼ੂਆਂ ਦਾ ਗੁਜ਼ਾਰਾ ਚੱਲ ਰਿਹਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਤੂੜੀ ਵਾਲੀ ਫੀਡ ਦਿੱਤੀ ਗਈ ਸੀ ਸਾਨੂੰ
हाँ जी कुछ जिमें भी गट्टा ज दो गट्टे आए हैं तो चलो वो भी गुजारा चलो उन्होंने भी जो देता वही स्वीकार करके ले लिया टाइम पास करना जी अभी तो सरकार तो यही मांग कर दें कि वो सू मुआवजा दिता जाए किसानों की बांह फड़ी जाए। Subscribe to our YouTube channel News DNN by clicking the bell icon. Don't forget to like, comment and share.